ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ, ਫਰਵਰੀ ਦਾ ਮਹੀਨਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਦਾ ਜੀ। ਹਾਂਜੀ। ਤੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਬਣਾਇਆ ਜੀ। ਹਾਂਜੀ ਬਿਲਕੁਲ। ਜਿਹਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਵੀ ਨੇ। ਹਾਂਜੀ ਬਿਲਕੁਲ। ਤੇ ਅੱਜ ਤੁਸੀਂ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿਓ ਜੀ। ਲਓ ਠੀਕ ਹੈ ਜੀ। ਸੋ ਇਹ ਅਕਾਲੀ ਫੂਲਾ ਸਿੰਘ ਜੀ ਮੇਰੇ ਦਰਬਾਰ 'ਚ ਮੈਂ ਇੱਥੇ ਪੇਂਟ ਕੀਤੇ ਨੇ। ਹੱਥ 'ਚ ਉਹਨਾਂ ਦੇ ਖੰਡਾ ਅਤੇ ਦਸਤਾਰ ਸਜਾਈ ਹੋਈ ਆ, ਉੱਤੇ ਕਈ ਤਰ੍ਹਾਂ ਦੇ ਚੱਕਰ ਨੇ ਜਿੱਦਾਂ ਨਿੰਗ ਸਿੰਘ ਸੱਜ ਕੇ ਰਹਿੰਦੇ ਨੇ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ। ਸੋ ਅਕਾਲੀ ਫੂਲਾ ਸਿੰਘ ਜੀ ਬਾਰੇ ਅਕਸਰ ਮਤਲਬ ਕਿਤਾਬਾਂ 'ਚ ਕਾਫੀ ਕੁਛ ਆਪਾਂ ਨੂੰ ਸੁਣਨ ਨੂੰ ਮਿਲਦਾ, ਪੜ੍ਹਨ ਨੂੰ ਮਿਲਦਾ ਵਾ। ਅਤੇ ਮੈਂ ਅੱਜ ਇੱਕ ਨਵੀਂ ਗੱਲ ਇਹਦੇ ਬਾਰੇ ਇਹ ਬੋਲੂੰਗਾ ਵੀ ਮੈਨੂੰ 92-93 ਸਾਲ ਦੇ ਸਰਦਾਰ ਜੀ, ਸਰਦਾਰ ਬੇਅੰਤ ਸਿੰਘ ਜੀ ਸੰਧੂ, ਪਿੰਡ ਲਾਟਵਾਲਾ ਕਪੂਰਥਲਾ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਹ ਕਹਿੰਦੇ ਮੈਂ 16 ਸਾਲ ਦਾ ਸੀ। ਸੋ 16 ਸਾਲ ਦੀ ਉਮਰ 'ਚ ਉਹ ਆਪਣੇ ਭਰਾ ਨੂੰ ਮਿਲਣ ਜਾਂਦੇ ਹੁੰਦੇ ਸੀ, ਉਹ ਪਠਾਣਾ ਦੇ ਏਰੀਏ 'ਚ, ਉੱਥੇ ਉਹ ਫੌਜ 'ਚ ਨੌਕਰੀ ਕਰਦੇ ਸੀਗੇ। ਇੱਕ ਵਾਰ ਕਹਿੰਦੇ ਮੈਨੂੰ ਸਮਾਂ ਮਿਲਿਆ, ਉਹ ਕਹਿੰਦੇ ਵੀ ਜਾ ਤੂੰ ਨੇੜੇ ਬਾਬਾ ਫੂਲਾ ਸਿੰਘ ਜੀ ਸਮਾਧ ਆ, ਉੱਥੇ ਜਾਇਆ। ਕਹਿੰਦੇ ਮੈਂ ਲੰਡਾ ਦਰਿਆ ਪਾਰ ਕੀਤਾ ਕਿਸ਼ਤੀ 'ਚ। ਲੰਡਾ ਦਰਿਆ ਦਾ ਨੂੰ ਇਸ ਲਈ ਲੰਡਾ ਕਹਿੰਦੇ ਸੀ ਵੀ ਉਹ ਥੱਲਿਓ ਉੱਪਰ ਵੱਲੋਂ ਵਗਦਾ ਸੀ, ਨਵਾਣ ਤੋਂ ਉਚਾਣ ਵੱਲੋਂ। ਅਤੇ ਆਮ ਤੌਰ 'ਤੇ ਦਰਿਆ ਜਿਹੜੇ ਆ ਉਤਾਣ ਤੋਂ ਨਵਾਣ ਵੱਲ ਵਗਦੇ ਹੁੰਦੇ ਆ, ਤਾਂ ਹੀ ਉਹਨੂੰ ਲੰਡਾ ਕਹਿੰਦੇ ਆ। ਕਹਿੰਦੇ ਉਹ ਕ੍ਰੋਸ ਕਰਕੇ ਮੈਂ ਸੰਤਰਿਆਂ ਦੇ ਬਾਗ 'ਚ ਗਿਆ। ਸੰਤਰਿਆਂ ਦੇ ਬਾਗ 'ਚ ਕਹਿੰਦੇ ਉਹਨਾਂ ਦਾ ਰੂਲ ਸੀ ਵੀ ਤੁਸੀਂ ਜਿੰਨੇ ਮਰਜ਼ੀ ਸੰਤਰੇ ਖਾਓ, ਇੰਨੀ ਖੁੱਲ੍ਹਦਿਲੀ ਸੀ, ਉਹਦਾ ਕੋਈ ਪੈਸਾ ਨਹੀਂ। ਜੇ ਤੁਸੀਂ ਲੈ ਕੇ ਜਾਣੇ ਆ ਫਿਰ ਪੈਸੇ ਲੱਗਣਗੇ। ਉਹ ਤੋਂ ਬਾਅਦ ਕਹਿੰਦੇ ਮੈਂ ਲਾਲ ਟੇਕਰੀ ਪਹਾੜੀ ਦੇ ਗਿਆ, ਕਿਉਂਕਿ ਅਕਾਲੀ ਫੂਲਾ ਸਿੰਘ ਜੀ ਜਦੋਂ ਸ਼ਹੀਦ ਹੋਏ ਆ ਪਠਾਣਾ ਨਾਲ ਜੰਗ ਕਰਦੇ ਹੋਏ, ਤਾਂ ਉਹਨਾਂ ਦੀ ਸਮਾਧ ਉੱਥੇ ਬਣਾਈ ਗਈ ਹੈ ਲਾਲ ਟੇਕਰੀ ਪਹਾੜੀ 'ਤੇ। ਉਹ ਪਹਾੜੀ 'ਤੇ ਕਹਿੰਦੇ ਬੈਠ ਗਿਆ ਮੈਂ। ਕਹਿੰਦੇ ਮੈਂ ਉੱਥੇ ਦ੍ਰਿਸ਼ ਦੇਖ ਕੇ ਹੈਰਾਨ ਹੋ ਗਿਆ ਵੀ ਪਠਾਣ ਆਪਣੀਆਂ ਘਰ ਵਾਲੀਆਂ ਅਤੇ 5 ਸਾਲ ਦਾ ਮੁੰਡਾ ਜਦੋਂ ਉਹਨਾਂ ਦਾ ਹੋ ਜਾਂਦਾ ਉਹਨੂੰ ਲਿਆਉਂਦੇ ਆ ਉਹਨਾਂ ਦੀ ਸਮਾਧ 'ਤੇ। ਉੱਥੇ ਉਹ ਆ ਕੇ ਫਸਲ ਚੜ੍ਹਾਉਂਦੇ ਆ, ਜਿਵੇਂ ਕਣਕ ਚੜ੍ਹਾਤੀ, ਮੱਕੀ ਚੜ੍ਹਾਤੀ, ਜਿਹੜੀ ਵੀ ਫਸਲ ਉਹਨਾਂ ਦੀ ਹੁੰਦੀ ਆ, ਉਹ ਫਸਲ ਚੜ੍ਹਾ ਕੇ ਉਹ ਪੱਗ ਬੰਨ੍ਹਦੇ ਆ ਮੁੰਡੇ ਦੇ, ਅਤੇ ਉੱਥੇ ਉਹ ਇਹ ਦੁਆ ਮੰਗਦੇ ਆ ਕਿ ਸਾਡਾ ਬੱਚਾ ਅਕਾਲੀ ਫੂਲਾ ਸਿੰਘ ਜੋ ਜੀ ਵਰਗਾ ਦਲੇਰ, ਨਡਰ ਅਤੇ ਯੋਧਾ ਹੋਵੇ। ਦੇਖੋ ਪਠਾਣਾ ਅਤੇ ਸਿੱਖਾਂ ਦੀਆਂ ਲੜਾਈਆਂ ਮਹਾਰਾਜਾ ਰਣਜੀਤ ਸਿੰਘ ਵੇਲੇ ਕਈ ਵਾਰ ਹੋਈਆਂ, ਦੋਨੇ ਕੌਮਾਂ ਜਾਂ ਬਾਜ ਨੇ। ਉਹ ਮਤਲਬ ਪਠਾਣਾ ਵੱਲੋਂ ਇਹ ਦੁਆ ਮੰਗਣੀ ਅਕਾਲੀ ਫੂਲਾ ਸਿੰਘ ਜੀ ਦੀ ਸਮਾਧ 'ਤੇ, ਇਹ ਇੱਕ ਸਤਿਕਾਰ ਆ ਯੋਧੇ ਦਾ। ਹਰ ਚੰਗੀ ਕੌਮ ਦੂਜੀ ਕੌਮ ਦੇ ਯੋਧਿਆਂ ਦਾ ਵੀ ਸਤਿਕਾਰ ਕਰਦੀ ਆ। ਸੋ ਉਸ ਉੱਥੇ ਬੱਚੇ ਨੂੰ ਪੱਗ ਬਣਾਈ ਜਾਂਦੀ ਆ ਅਤੇ ਇਹ ਦੁਆ ਕੀਤੀ ਜਾਂਦੀ ਆ ਕਿ ਬੱਚਾ ਇੰਨਾ ਦਲੇਰ, ਨਧੜਕ ਯੋਧਾ ਹੋਵੇ। ਸੋ ਇੱਕ ਨਵੀਂ ਗੱਲ ਸੀ ਜਿਹੜੀ ਉਹਨਾਂ ਬਾਰੇ ਸਰਦਾਰ ਜੀ ਨੇ ਮੈਨੂੰ ਦੱਸੀ। ਸਰਦਾਰ ਜੀ ਪਿੰਡ ਲਾਟਵਾਲਾ ਕਪੂਰਥਲਾ 'ਚ ਰਹਿੰਦੇ ਨੇ ਅਤੇ ਬਜ਼ੁਰਗ ਨੇ, ਪਰ ਪੂਰੇ ਚੇਤਨ ਰੋਸ਼ਨ ਦਿਮਾਗ ਨੇ, ਅਜੇ ਵੀ ਪੂਰੀ ਉਹਨਾਂ ਨੂੰ ਐਨ ਸੋਝੀ ਹੈ। ਸੋ ਮੈਂ ਉਹਨਾਂ ਦਾ ਨੰਬਰ ਜ਼ਰੂਰ ਬੋਲਣਾ ਚਾਹੂੰਗਾ ਅਤੇ ਉਹਨਾਂ ਦਾ ਨੰਬਰ ਹੈ ਜੀ 8146-791956। ਅਤੇ ਕਿਉਂਕਿ ਕੋਈ ਵੀ ਨੰਬਰ ਤਾਂ ਦਿੱਤਾ ਕਿ ਕੋਈ ਵੀ ਉਹਨਾਂ ਨਾਲ ਵਾਰਤਾਲਾਪ ਕਰਕੇ ਇਸ ਗੱਲ ਨੂੰ ਦੁਬਾਰਾ ਡਬਲ ਚੈੱਕ ਕਰ ਸਕਦਾ ਵਾ। ਸੋ ਅਕਾਲੀ ਫੂਲਾ ਸਿੰਘ ਜੀ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਤਨਖਾਹ ਲਾਈ ਆ, ਜਿਹੜੀ ਉਹਨਾਂ ਤੋਂ ਕੋਈ ਗਲਤੀ ਹੋਈ ਸੀ, ਤਨਖਾਹ ਲੱਗੀ, ਤਾਂ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੇ ਵਜੋਂ ਮੈਂ 101 ਕੋੜੇ ਮਾਰਨ ਦੀ ਸਜ਼ਾ ਦਿੰਦਾ। ਉਹਨਾਂ ਨੂੰ ਜੰਡ ਦੇ ਦਰਖਤ ਨਾਲ ਬੰਨ ਲਿਆ ਗਿਆ ਅਤੇ ਉੱਥੇ ਜਦੋਂ ਕੋੜੇ ਪਹਿਲਾ ਕੋੜਾ ਵੱਜਿਆ ਤਾਂ ਉਹ ਤੋਂ ਬਾਅਦ ਉਹਨਾਂ ਨੇ ਅਕਾਲੀ ਫੂਲਾ ਸਿੰਘ ਜੀ ਨੇ ਕਿਹਾ ਚੱਲ ਤੂੰ ਐਡਾ ਵੱਡਾ ਰਾਜਾ, ਤੂੰ ਸਾਡੀ ਸਜ਼ਾ ਮੰਨ ਲਈ ਅਤੇ ਆਖੇ ਲੱਗਿਆ। ਇੱਕ ਕੋੜੇ ਤੋਂ ਬਾਅਦ ਉਹਨਾਂ ਨੂੰ ਖੋਲ੍ਹ ਦਿੱਤਾ ਗਿਆ ਵੀ ਇੱਕ ਕੋੜਾ ਹੀ 101 ਬਰਾਬਰ ਹੋ ਗਿਆ ਸੀ। ਅਤੇ ਮਤਲਬ ਇੰਨੀ ਅਣਖ ਦਲੇਰੀ ਕਿ ਰਣਜੀਤ ਸਿੰਘ ਵਰਗੇ ਨੂੰ ਬੰਨ ਲੈਣਾ ਮਹਾਰਾਜੇ ਨੂੰ, ਫਿਰ ਉਹਦੇ ਮੂੰਹ 'ਤੇ ਉਹਨੂੰ ਕਾਣਾ ਕਹਿਣ ਦੀ ਹਿੰਮਤ ਅਕਾਲੀ ਸਰਦਾਰ ਫੂਲਾ ਸਿੰਘ ਜੀ ਵਿੱਚ ਹੀ ਸੀਗੀ। ਸੋ ਅੱਜ ਫਰਵਰੀ ਦਾ ਮਹੀਨਾ ਉਹਨਾਂ ਦਾ ਸ਼ਹੀਦੀ ਦਾ ਮਹੀਨਾ ਹੁੰਦਾ। ਉਹਨਾਂ ਦੀ ਸ਼ਹੀਦੀ ਅਤੇ ਸਰਦਾਰ ਹਰੀ ਸਿੰਘ ਨਲਵੇ ਦੀ ਸ਼ਹੀਦੀ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਦੁੱਖ ਅਤੇ ਵੱਡਾ ਘਾਟਾ ਪਿਆ, ਸਿੱਖ ਰਾਜ ਨੂੰ ਵੀ। ਸੋ ਅਕਾਲੀ ਫੂਲਾ ਸਿੰਘ ਜੀ ਬਾਰੇ ਹੋਰ ਵੀ ਬੜੀਆਂ ਰੌਚਕ ਗੱਲਾਂ ਨੇ ਜਿਹੜੀਆਂ ਤੁਸੀਂ ਹੋਰ ਕਿਤਾਬਾਂ ਤੋਂ ਵੀ ਪਤਾ ਕਰ ਸਕਦੇ ਹੋ। ਸੋ ਆਸ ਹੈ ਤੁਹਾਨੂੰ ਇਹ ਸਾਡੀ ਛੋਟੀ ਜਿਹੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀ ਆ, ਸੋ ਤੁਹਾਨੂੰ ਪਸੰਦ ਆਈ ਹੋਊਗੀ। ਅਤੇ ਠੀਕ ਹੈ ਜੀ, ਦਰਬਾਰ ਦੇ ਵਿੱਚੋਂ ਜਿੱਦਾਂ ਆਪਾਂ ਹੋਰ ਕਰੈਕਟਰਾਂ ਬਾਰੇ ਵੀ ਬੋਲੇ ਹਾਂ, ਅਗਾਂਹ ਵੀ ਬੋਲਦੇ ਰਹਾਂਗੇ। ਸੋ ਇਹ ਛੋਟੀ ਜਿਹੀ ਸਟੋਰੀ ਤੁਸੀਂ ਸੁਣੀ, ਤੁਹਾਡਾ ਸਾਰਿਆਂ ਦਾ ਦਿਲੋਂ ਸ਼ੁਕਰੀਆ ਜੀ। ਸੁਖਪ੍ਰੀਤ ਸਿੰਘ ਲੁਧਿਆਣੇ ਤੋਂ ਬੋਲ ਰਿਹਾ ਜੀ, ਅਤੇ ਫਰਵਰੀ 2023।